ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਗਰ ਤੇ ਲਗਾਏ ਗਏ GST ਕਰਕੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਵਿੱਚ ਤਰੇੜਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ SP ਅਤੇ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਮੰਗ ਲਗਾਤਾਰ ਤੇਜ਼ ਹੋ ਰਹੀ ਹੈ। ਲੰਗਰ ਤੋਂ GST ਨਾ ਹਟਾਉਣ 'ਤੇ ਹਰਸਿਮਰਤ ਕੌਰ ਬਾਦਲ ਨੇ ਅਸਤੀਫੇ ਦੇਣ ਦੀ ਗੱਲ ਕਹੀ ਹੈ। ਇਸ ਬਾਰੇ ਜਦੋਂ ਬੀਬੀ ਜਾਗੀਰ ਕੌਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਇਸ ਮੁੱਦੇ ਨੂੰ ਲੈ ਕੇ ਆਪਣੀ ਆਵਾਜ਼ ਉਠਾ ਰਹੇ ਨੇ ਅਤੇ ਬੀਬੀ ਜਾਗੀਰ ਕੌਰ ਨੇ ਹੋਰ ਵੀ ਕਈ ਗੱਲਾਂ ਕੀਤੀਆਂ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਨੇ ਹਰਸਿਮਰਤ ਕੌਰ ਬਾਦਲ 'ਤੇ ਅਸਤੀਫਾ ਦੇਣ ਦੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਉਹ ਸਿਰਫ ਇਹ ਬੋਲ ਸਕਦੇ ਨੇ। ਹੋਰ ਉਹਨਾਂ ਨੇ ਕੀ ਕੁਝ ਕਿਹਾ, ਆਓ ਸੁਣੋ। ਜਿੱਥੇ ਤੱਕ ਸਾਡੀ ਮਨਿਸਟਰ ਦੀ ਗੱਲ ਹੈ, ਬੀਬੀ ਹਰਸਿਮਰਤ ਕੌਰ ਬਾਦਲ ਮੇਰਾ ਖਿਆਲ ਹੈ ਪੂਰੀ ਜੱਦੋਜਹਿਦ ਕਰ ਰਹੇ ਹੈ ਕਿ ਸਾਡੇ ਗੁਰਨਾਮਾ ਦੇ ਵਿੱਚੋਂ GST ਜਿਹੜੀ ਹੈ ਉਹ ਖਤਮ ਕੀਤੀ ਜਾਵੇ। ਔਰ ਬੰਦਾ ਵੀ ਹੈ ਕਿਉਂਕਿ ਉਹ ਮਦਈ ਹੈ ਸਾਡੇ, ਉਹਨਾਂ ਨੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਵਾਜ਼ ਜਿਹੜੀ ਹੈ ਉੱਥੇ ਉਠਾਈ ਹੈ। ਔਰ ਸਾਨੂੰ ਆਸ ਹੀ ਨਹੀਂ, ਵਿਸ਼ਵਾਸ ਹੈ ਕਿ ਉਹ ਜਲਦੀ ਇੱਥੇ ਕਰ ਜੇ ਵਾਲੀ ਜਿਹੜੀ ਗੱਲ ਹੈ, ਵੈਸੇ ਅਸੀਂ ਤਾਂ ਮੈਂ ਤਾਂ ਜੇ 'ਚ ਬਹੁਤਾ ਭਰੋਸਾ ਨਹੀਂ ਰੱਖਦਾ। ਜਦੋਂ ਸਮਾਂ ਆਏਗਾ, ਜਦੋਂ ਅਸੀਂ ਮਹਿਸੂਸ ਕੀਤਾ ਕਿ ਸਾਡੇ ਨਾਲ ਅਜੇ ਵੀ ਧੱਕਾ ਹੋ ਰਿਹਾ, ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਤਾਂ ਉਸ ਵੇਲੇ ਪ੍ਰੋਪਰ ਐਕਸ਼ਨ ਜਿਹੜਾ ਉਸ ਵੇਲੇ ਪਾਰਟੀ ਜਿਹੜੀ ਹੈ ਉਹਦਾ ਫੈਸਲਾ ਕਰੇਗੀ ਕਿ ਕੀ ਕਰਾਂ। ਪੁੱਛਣਾ ਚਾਹੁੰਦਾ ਹਰਸਿਮਰਤ ਕੌਰ ਜੀ ਨੂੰ ਕਿ ਮਹਿਜ਼ ਬਿਆਨ ਦੇਣਾ ਹੀ ਤੁਹਾਡੀ ਆਦਤ ਬਣ ਚੁੱਕੀ ਹੈ। ਜੇ GST ਦੀ ਗੱਲ ਹੁੰਦੀ ਲੰਗਰ ਦੀ ਤਾਂ ਜੇਟਲੀ ਸਾਹਿਬ GST ਮਾਫ ਕਰਨ ਬੈਠੇ ਵਿੱਚੋਂ ਤੁਸੀਂ ਐਜ਼ ਕੈਬਨਿਟ ਮਿਨਿਸਟਰ। ਜੇ 50,000 ਗੁਜਰਾਤ ਦੇ ਜ਼ਿਮੀਂਦਾਰਾਂ ਦਾ ਉਜਾੜਾ ਹੁੰਦਾ ਤੁਸੀਂ ਕਹਿੰਦੇ ਜੀ ਬਿਆਨ ਦੇ ਕੇ ਸਰ ਜਾਂਦਾ ਵਾ, ਔਰ ਹੁਣ ਤੁਸੀਂ ਕਹਿ ਰਹੇ ਹੋ ਕਿ ਮਜੀਠੀਆ ਕਾਲਜ ਦਾ ਨਾਮ ਨਹੀਂ ਬਦਲਿਆ ਜਾਊਗਾ, ਬੈਠੇ ਵਿੱਚ ਹੀ ਹੋ ਮਿਨਿਸਟਰ। ਇਸ ਲਈ ਜੇ ਤੁਸੀਂ ਵਾਕਈ ਜੈਨੂਨਲੀ ਕੰਸਰਨਡ ਹੋ ਪੰਜਾਬ ਦੇ, ਇੱਕ ਵਾਰ ਆਪਣਾ ਮਨ ਬਣਾ ਕੇ ਤੇ ਆਪਣਾ ਅਸਤੀਫਾ ਸੁੱਟੋ BJP ਦੀ ਸਰਕਾਰ 'ਚੋਂ, ਤਾਂ ਪੰਜਾਬ ਦੇ ਲੋਕ ਮੰਨਣਗੇ ਕਿ ਹਾਂ ਹਰਸਿਮਰਤ ਕੌਰ ਪੰਜਾਬ ਦੀ ਹਿਤੈਸ਼ੀ ਆ। ਵਰਨਾ ਤੁਹਾਡਾ ਪਤਾ ਲੱਗੇਗਾ ਕਿ ਤੁਸੀਂ ਜਿੱਦਾਂ ਤੁਹਾਡੇ ਸਹੁਰਾ ਸਾਹਿਬ ਡਰਾਮੇ ਕਰਦੇ ਰਹੇ 50-60 ਸਾਲ, ਤੁਸੀਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਖਿਲਵਾੜ ਕਰ ਰਹੇ ਹੋ, ਡਰਾਮੇ ਕਰ ਰਹੇ ਹੋ, ਉੱਥੇ ਕੁਛ ਬੋਲਦੇ ਹੋ, ਪੰਜਾਬ 'ਚ ਆਣ ਕੇ ਕੁਛ ਬੋਲਦੇ ਹੋ, ਮੰਤਰੀ ਪਦ ਤੁਹਾਨੂੰ ਇੰਨਾ ਲਾਲਚ ਹੈ ਕਿ ਤੁਸੀਂ ਉਹਦੇ ਵਾਸਤੇ ਪੰਜਾਬ ਦੇ ਕਿਸੇ ਵੀ ਮੁੱਦੇ ਦੇ ਉੱਤੇ ਕੰਪਰੋਮਾਈਜ਼ ਕਰਨ ਨੂੰ ਤਿਆਰ ਹੈ।